ਕਦਨ ਤੇਰੀ ਅਸਰਾਈ ਬਣ ਗਈ ਮਰਜ਼ਾ ਤੇ ਆਰ ਦਿੰਦੀਆਂ ਨਹੀਂ ਗਾ ਬੈਮ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਠੀਕ ਠਾਕ ਰੱਖੇ ਤੇ ਹੁਣ ਸ਼ਾਮ ਦੇ 5 ਵਜਣ ਲੱਗੇ ਆ ਮਨੀ ਲੰਬੜ ਦਾ ਪੱਠਿਆਂ ਦਾ ਟਾਈਮ ਹੋ ਗਿਆ ਤੇ ਅਸੀਂ ਹੁਣ ਦਾਲ ਸਬਜ਼ੀ ਬਣਾਉਂਦੇ ਹਾਂ ਚਾਹ ਵਾਲੇ ਭਾਂਡੇ ਮਾਂਜ ਕੇ ਤੇ ਬਾਅਦ 'ਚ ਰੋਟੀਆਂ ਪਕਾ ਕੇ ਫਿਰ ਵਿਹਲੇ ਹਾਂ ਤੇ ਮੇਰਾ ਕੰਮ ਕਰਨ ਦਾ ਮੂਡ ਨਹੀਂ ਹੈਗਾ ਅੱਜ ਅੱਜ ਮੇਰਾ ਨਾ ਮਨ ਸੁਸਤ ਜਿਹਾ ਆ ਪਤਾ ਨਹੀਂ ਸਿਹਤ ਨਹੀਂ ਠੀਕ ਹੈਗੀ ਅੱਜ ਤਾਂ ਇੱਦਾਂ ਲੱਗਦਾ ਵੀ ਕੋਈ ਰੋਟੀ ਪਕਾ ਕੇ ਦੇ ਜਾਵੇ ਤਾਂ ਬਸ ਠੀਕ ਠਾਕ ਆ ਬਾਹਰੋਂ ਖਾਇਆ ਨਹੀਂ ਸੁੱਤੀ ਰਹੀ ਸੁੱਤੀ ਰਵਾਂ चलो हौली हौली कर दे शरीर नूं गर्म काम तो करना ही पैना है ना चलो कोई नहीं कर दे काम मन नूं दलेर रख के काम कर दे जे लम्मे पै गए तो फिर रह गए चलो मिलते हैं तुहानूं चलो पठे पुठे पावे अपने हिसाब नाल जिद्दां उन्हें खाने तुड़ी तुड़ी पावे जिन्नी कु खानी है खा के बह जा कहना है ना ਤੇ ਜਦੋਂ ਚੂਣੀਆਂ ਉਦੋਂ ਵੀ ਕਮਰੇ 'ਚ ਬਾਜ਼ ਬਾਜ਼ ਮਾਰਦਾ ਕਹਿੰਦਾ ਆਇਓ ਚੋਲੋ ਪਸ਼ੂ ਕੌਣ ਕਵੇ ਫਿਰ ਪਸ਼ੂ ਵਾ ਇਦਾਂ ਹੋਣੀ ਚਾਹੀਦੀ ਆ ਚੱਲ ਚੱਲ ਬਹੁਤ ਟਾਈਮ ਹੋ ਗਿਆ 5 ਵਜ ਗਏ ਆਪਾਂ ਉਹਨਾਂ ਨੂੰ ਕੁਤਰ ਕੇ ਪੱਠੇ ਜੇ ਨਾ ਪਾਏ ਫਿਰ ਪੱਠੇ ਨਾ ਪਾਏ ਕੰਨ ਖਿੱਚ ਕੇ ਤੇਰੇ ਵੱਡੇ ਕੰਮ ਚੱਲ ਮਨੀ ਚੱਲ ਕੰਮ ਨਾ ਫੇੜ ਮੇਰਾ ਮਨ ਹੋਇਆ ਮੇਰਾ ਗੁੱਡ ਈਵਨਿੰਗ ਗੁੱਡਾ ਬਾਈ ਜੀ ਹੋ ਠੀਕ ਠਾਕ ਹੋ ਕੈਮ ਹੋ ਚੜ੍ਹਦੀ ਕਲਾ ਅੱਜ ਕੁੜੀ ਨਾਲ ਗੱਲ ਹੋਈ ਹੈ ਨਾ ਉਹਨੂੰ ਵੀਡੀਓ ਸ਼ੋਅ ਹੋਈ ਮੇਰੀ ਯੂਟਿਊਬ 'ਤੇ ਉਹਦਾ ਮੈਸੇਜ ਆ ਗਿਆ ਹੈ ਮਾਨੇ ਮੈਂ ਕਿਹਾ ਕੌਣ ਕਿਉਂਕਿ ਮੈਨੂੰ ਫੇਸ ਆ ਨਾ ਕਿਉਂਕਿ ਮੈਂ ਤਾਂ ਕਹਿਤਾ ਨਹੀਂ ਤਾਂ ਮੈਂ ਕਹਿੰਦਾ ਨਹੀਂ ਹੁੰਦਾ ਮੈਨੂੰ ਫੇਸ ਜਾਣਾ ਜਾਣਾ ਲੱਗਦਾ ਹੀ ਆ ਬਈ ਯਾਦ ਨਾਲ ਮੈਂ ਕੌਣ ਆ ਕੌਣ ਆ ਅਤੇ ਫਿਰ ਉਹਨੇ ਦੱਸਿਆ ਕਹਿੰਦੀ ਮੈਂ ਸੰਦੀਪ ਆ ਮੈਂ ਕਿਹਾ ਅੱਛਾ ਸੀਮਾ ਕਹਿੰਦੀ ਹਾਂ ਮੈਂ ਕਿਹਾ ਗੋਡ ਮੈਂ ਕਿਹਾ ਹੋਰ ਕਿੱਦਾਂ ਠੀਕ ਠਾਕ ਕਿੰਨਾ ਚਿਰ ਗੱਲ ਹੋਈ ਅਤੇ ਮੇਰੇ ਨਾਲ ਪੜ੍ਹਦੀ ਹੁੰਦੀ ਸੀ ਮੈਂ ਕਿਹਾ ਹੋਰ ਮੇਰੀ ਭੈਣ ਕਿੱਦਾਂ ਠੀਕ ਆ ਫਿਰ ਉਹਨੇ ਫੋਟੋ ਫੋਟੋ ਦਿਖਾਈ ਆਪਣੇ ਘਰ ਵਾਲੇ ਦੀ ਫੋਟੋ ਦਿਖਾਈ ਅਤੇ ਵਿਆਹ ਹੋ ਗਿਆ ਉਹਦਾ ਅਤੇ ਉਹ ਕਹਿੰਦੀ ਮੈਨੂੰ ਬਲੌਗ ਵੀ ਉਹ ਨਿਆਣਿਆਂ ਵਾਲੀ ਫੋਟੋਆਂ ਦਾ ਸ਼ੋਅ ਹੋਇਆ ਮੈਨੂੰ ਕਹਿੰਦੀ ਤਾਂ ਉਹ ਪਤਾ ਲੱਗ ਗਿਆ ਅਤੇ ਮੈਨੂੰ ਸਾਰੀਆਂ ਮੈਮਰੀ ਯਾਦ ਆ ਗਈਆਂ ਇੱਕ ਵਾਰੀ ਸਕੂਲੇ ਚੱਲੇ ਛੋਟੇ ਹੁੰਦੇ ਅਤੇ ਨਾਲ ਇਹ ਸੀਗੀ ਨਾਲ ਮੈਂ ਇਹਨੂੰ ਮੈਂ ਕਿਹਾ ਛੁੱਟੀ ਕਰੀਏ ਕਹਿੰਦੀ ਰਹਿਣ ਦੇ ਮੈਂ ਕਿਹਾ ਕਰਦੇ ਹਾਂ ਨਿੱਕੇ ਨਿੱਕੇ ਜਿਹੇ ਥੋੜ੍ਹਾ ਥੋੜ੍ਹਾ ਯਾਦ ਆ ਮੈਨੂੰ ਉੱਥੇ ਗਾਰਾ ਜਿਹਾ ਸੀਗਾ ਕੱਚਾ ਦਾ ਹੁੰਦਾ ਸੀ ਅਸੀਂ ਗਾਰੇ ਜਿਹੇ 'ਚ ਲਿਬੜ ਲੁਬੜ ਕੇ ਜਾਣ ਕੇ ਨਾ ਇੱਕ ਦੂਜੇ ਨੂੰ ਸੈੱਟ ਕੇ ਧੱਕੇ ਧੁੱਕੇ ਦੇ ਕੇ ਆ ਗਿਆ ਘਰ ਨੂੰ ਕਿਸ ਮੀਂਹ ਬਹੁਤ ਪੈਂਦਾ ਸੀ ਤਾਂ ਤਿਲਕ ਗਿਆ ਅਸੀਂ ਨਹੀਂ ਜਾਣਾ ਵੜਦੀ ਲਿਬੜ ਗਈ ਸਾਡੀ ਸੋ ਇੱਦਾਂ ਦੀਆਂ ਕਈ ਮੈਮਰੀਜ਼ ਸੀਗੀਆਂ ਮੇਰਾ ਦਿਲ ਬਹੁਤ ਖੁਸ਼ ਹੋਇਆ ਗੱਲ ਕਰਕੇ ਉਹਦੇ ਨਾਲ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਅਤੇ ਗੋਡ ਬਲੈਸ ਮੇਰੀ ਭੈਣ ਹੈ ਅਤੇ ਬਲੌਗ ਵੀ ਦੇਖਦੀ ਹੈ ਆਪਣੇ ਧੰਨਵਾਦ ਥੈਂਕ ਯੂ ਸੋ ਮੱਚ ਹਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਅੱਜ ਮੇਰੀ ਯਾਨੀ ਕਿ ਕਲਾਸਮੇਟ ਦੇ ਨਾਲ ਗੱਲ ਹੋਈ ਹੈ ਮੇਰੀ ਜਿਹੜੀ ਨਰਸਰੀ LKG ਉਹ ਵਾਲੀ ਨਾਲ ਆਇਆ ਇੱਥੋਂ ਨਹੀਂ ਨਿਕਲਣਾ ਕੁਛ ਵੀ ਛੋਟੀ ਬੱਚੀ ਦਾ ਦੁੱਧ ਚੁੰਘਦਾ ਆਪਣੇ ਜਿੱਤੋਂ ਕਹਿੰਦਾ ਹੁਣ ਇੱਥੋਂ ਵੀ ਨਿਕਲੂਗਾ ਕੁਛ ਨਾ ਕੁਛ ਪਹਿਲਾਂ ਤਾਂ ਮੈਂ ਇੱਧਰ ਕੰਮ ਕਰਦਾ ਸੀਗਾ ਮੈਂ ਰੱਸਾ ਚੱਲ ਢਿੱਲਾ ਛੱਡਤਾ ਕਿ ਕਾਹਨੂੰ ਖਿੱਚਦਾ ਹੈ ਨਾ ਕਿ ਚੱਲ ਇਹਦੇ ਕਰਕੇ ਮੈਂ ਸੌਖਾ ਜਿਹਾ ਕਰਤਾ ਇਹ ਮੇਰੇ ਆਉਂਦੇ ਨੂੰ ਉਹਦੇ ਥੱਲੇ ਥਣ ਚੁੰਘਣ ਲੱਗਾ ਆ ਬੜਾ ਸ਼ੈਤਾਨ ਆ ਤੂੰ ਢੁੱਡ ਮਾਰਦਾ ਮਗਰੋਂ ਹੈ ਐਂ ਕਰਕੇ ਇੱਦਾਂ ਆ ਦੇਖ ਲੱਤ ਨਾ ਮੇਰੀ ਐਂ ਮਾਰਦਾ ਇੱਡਾ ਸ਼ੈਤਾਨ ਹੈ ਚਲੋ ਗਾਇਸ ਕੰਮ ਆਉਣ ਗਿਆ ਆਪਣਾ ਨਿਬੜ ਐਂ ਤੂੰ ਜੈਡ ਅਤੇ ਹੁਣ
ਪੱਠੇ ਰਹਿ ਕਿੱਥੇ ਪੱਠੇ ਰਹਿ ਆਇਆ ਰੁਬੀਆ ਗੁੱਡ ਈਵਨਿੰਗ ਗਾਇਸ ਆਪਾਂ ਆ ਗਏ ਆ ਸਾਡੇ ਖੇਤਾਂ ਦੇ ਵਿੱਚ ਯੂ ਨੋ ਖੇਤ ਔਰਚਰਡ ਮੀਨਸ ਔਰਚਰਡ ਯੂ ਨੋ ਆਇਓ ਆ ਦੇਖੋ ਗਾਇਸ ਪਿੰਡ ਦਾ ਬਾਲ ਇਹ ਹੈ ਬਾਲ ਯੂ ਨੋ ਬਾਲ ਤੇ ਚਲੋ ਹੁਣ ਅਸੀਂ ਕੁਤਰਾਂਗੇ ਪੱਠੇ ਪੱਠੇ ਕਰਕੇ ਮੇਰੀ ਟੀਮ ਮਗਰ ਆ ਰਹੀ ਹੈ ਉਹਨਾਂ ਮੈਂ ਲੈ ਆਈ ਗਿੱਲੀ ਬਾਤੀ ਮੈਂ ਕਿਹਾ ਮੈਨੂੰ ਚੁਕਾ ਦਿਓ ਪੱਠੇ ਮੈਂ ਕੁਤਰ ਲਾਉਣੇ ਮੈਂ ਕਿਹਾ ਮੈਂ 5 ਮਿੰਟ ਲਾਉਣੇ ਆ ਅਤੇ ਉਹ ਕਹਿੰਦੇ ਠੀਕ ਆ ਕਹਿੰਦੇ ਚੁਕਾ ਦਾਂਗੇ ਮੈਂ ਕਿਹਾ ਚਲੋ ਠੀਕ ਆ ਅਤੇ ਹੁਣ ਪੱਠੇ ਪੱਟ ਗਏ ਹੁਣ ਮੈਂ ਤੁਹਾਨੂੰ ਦੁਬਾਰਾ ਮਿਲਦਾ ਹਾਂ ਦੁਬਾਰਾ ਪੌਣ ਆ ਗਈ ਵਿੱਚ ਹਵਾ ਜਾਓ ਡਨ पट्ठे हो गए अपने डन भरावा ने अपने ने करती हेल्प जन मामा भी मेरा आ गया ही पर लोड़ नहीं पई ओदी चलिए और सेट ता सारे गर्मी ने भिज गए ये भी बेचारे थैंक यू सो मच ब्रो गलत गल छड़ना नहीं चाहिए पहला तो दुद्ध चोने रहने बाद छड़ देने ना हम साडा बच्चा आ जे छड़ना भी है तो उन्हें उत्थे छड़ के आना दूजे हाँ क्योंकि उत्थे लोकी आते रहते पट्ठे पाउन कुछ ना पाउन हाँ मैं तैनूं दसूंगा ऐदा नहीं छड़ना चाहिए यार पाप लगना है पाप लगूगा हरेक सोटे मारदा हरेक भी सोटे मारदा डंडे मारदा देखो गां बाबियां बेचारी उधे तुरी फिरदी है हरेक कोई मारदा डंडे गऊ माता का शराब बहुत तकड़ा लगता है जरा ऐ करता है पहला दुद्ध चोई जाओ मुड़ के फिर भैं छड़ दो हैं नहीं नहीं इधर जी बारो बार कड़िया च फसना है चलो जी ये कहते बाबे मैं छड के आया सीगा गां पता उधर चल जा अंदर बन ला जाने के वधिया हुण बेचारे इत्थे तुरे फिरदे दो टाइम सक्कर फीड पठे नाले पखे थले नाले जानवर सारे इत्थे तां बेचारे डंडे ही खाते उधर उधर भेज देंगे उधर उधर भेज देंगे आई फीलिंग हो रही है ना कै ठंड लग थी कहना ठंड लगती है कंबल दवा शिमला ही बड़ा पे अंदर है ना गैस गैस करो ही कि मैं बैठे हूँ मैं गैस करो इधर देखो उधर देखो तो गेड़ी मारनी मैं चलो फिर अपने शहर चलते इवनिंग गेड़ी को नाले च हवा भरानी मैं अगले चक्के चाले झूठे झूठे ले लेंगे फड़ ला फोन डिपना हाथ चो अजे अके आना हो दो जने घरे छे बाबे चेक कर स्कूटरी ते बंदे चेक कर दिने खीसी ले फिर हसदा के लो जी बाजार च आ गए हैं
दो घरे रह गए भाजी चलो जी चलिए पिंड ਕਰਦੇ ਫੋਨ ਕਰੀ ਜਾਂਦੇ ਕਹਿੰਦੇ ਹਵਾ ਭਰਾਉਣ ਚਲੇ ਗਏ ਜਲੰਧਰ।